ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਸ਼ਿਵਮ ਅੱਜ ਦਾ ਤੁਹਾਡਾ ਸਟਾਰ ਆਫ ਦਾ ਵੀਕ ਦੋਸਤੋ ਮੈਂ ਆਪਣੀ ਡਾਇਰੈਕਸ਼ਨ ਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਤੁਹਾਡੇ ਨਾਲ ਗੱਲਾਂ ਕਰਾਂਗਾ ਲਓ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਹਾਂ ਦੋਸਤੋ ਮੇਰਾ ਬਚਪਨ ਡਾਂਸ ਤੇ ਮਿਊਜ਼ਿਕ ਨਾਲ ਜੁੜਿਆ ਹੋਇਆ ਸੀ ਮੈਨੂੰ ਯਾਦ ਆ ਕਿ ਮੈਂ 10 ਸਾਲ ਦਾ ਸੀ ਜਦੋਂ ਪਹਿਲੀ ਵਾਰੀ ਸਟੇਜ ਕੀਤਾ ਉਸ ਤੋਂ ਬਾਅਦ ਮੈਂ ਕਾਫੀ ਸਟੇਜ ਕੀਤੀਆਂ ਤੇ ਜਦੋਂ ਮੈਂ ਸਕੂਲ ਤੇ ਕਾਲਜ ਚਲਾ ਗਿਆ ਉੱਥੇ ਜਾ ਕੇ ਵੀ ਮੈਂ ਕਾਫੀ ਸਟੇਜ ਕੀਤੀਆਂ ਤੇ ਮੈਨੂੰ ਲੱਗਿਆ ਕਿ ਮੈਨੂੰ ਇਸ ਲਾਈਨ ਵਿੱਚ ਕੁਛ ਕਰਨਾ ਚਾਹੀਦਾ ਤੇ ਮੈਂ ਫੈਸਲਾ ਕੀਤਾ ਕਿ ਮੈਨੂੰ ਬੰਬੇ ਜਾਣਾ ਚਾਹੀਦਾ ਤੇ ਉੱਥੇ ਡਾਇਰੈਕਸ਼ਨ ਦੀਆਂ ਕੁਛ ਗੁਣ ਸਿੱਖਣੇ ਚਾਹੀਦੇ ਆ ਕਿ ਮੈਂ ਇਸ ਲਾਈਨ ਵਿੱਚ ਆਵਾਂ ਤੇ ਆਪਣੇ ਤਜਰਬਿਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਾਂ ਦੋਸਤੋ 96 ਵਿੱਚ ਮੈਂ ਪਹਿਲੀ ਵਾਰੀ ਬੰਬੇ ਗਿਆ ਤੇ ਉੱਥੇ ਮੈਂ ਆਸ਼ਾ ਚੰਦਰਾ ਜੀ ਦੀਆਂ ਐਕਟਿੰਗ ਕਲਾਸਿਸ ਜੁਆਇਨ ਕੀਤੀਆਂ ਜਦੋਂ ਐਕਟਿੰਗ ਕਲਾਸਿਸ ਮੈਂ ਕਰ ਲਿੱਤੀਆਂ ਤੇ ਉਸ ਤੋਂ ਬਾਅਦ ਮੈਨੂੰ ਕੁਛ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਸਟਰਗਲ ਕਰਨੀ ਪਈ ਉਹ ਸਟਰਗਲ ਤੋਂ ਬਾਅਦ ਮੈਨੂੰ ਕੁਛ ਲੋਕਾਂ ਨੇ ਕੰਮ ਵੀ ਦਿੱਤਾ ਫਿਰ ਮੈਂ ਉੱਥੇ ਕਾਫੀ ਨਾਮੀ ਡਾਇਰੈਕਟਰ ਨਾਲ ਕੰਮ ਕੀਤਾ ਫਿਰ ਮੇਰੇ ਜਿਹੜੇ 3-4 ਸਾਲ ਇਹ ਸਟਰਗਲ ਦੇ ਸੀ ਬਹੁਤ ਹੀ ਮੈਨੂੰ ਸਟਰਗਲ ਕਰਨੀ ਪਈ ਇਹ ਸਟਰਗਲ ਜਿਹੜੀ ਅੱਜ ਮੈਨੂੰ ਕਾਮਯਾਬੀ ਮਿਲੀ ਹੈ ਜਦੋਂ ਮੈਂ ਉਹ ਦਿਨ ਸਟਰਗਲ ਦੇ ਯਾਦ ਕਰਦਾ ਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਸਟਰਗਲ ਦੇ ਦਿਨ ਅੱਜ ਮੈਨੂੰ ਮਿੱਠੇ ਪਲ ਲੱਗਦੇ ਆ ਉਹ ਸਾਰੀਆਂ ਚੀਜ਼ਾਂ ਮੈਂ ਆਪਣੀ ਇਸ ਕਾਮਯਾਬੀ ਨਾਲ ਭੁੱਲ ਜਾਂਦਾ ਦੋਸਤੋ ਮੇਰੀ ਪਹਿਲੀ ਕਾਮਯਾਬੀ ਉਦੋਂ ਮੈਨੂੰ ਮਿਲੀ ਜਦੋਂ ਕਿਆਸ ਮੱਖਣ ਸਾਹਿਬ ਦਾ ਪਹਿਲਾ ਵੀਡੀਓ ਮੈਨੂੰ ਕਰਨ ਦਾ ਮੌਕਾ ਮਿਲਿਆ ਉਹ ਮੇਰੀ ਪਹਿਲੀ ਇੰਡੀਪੈਂਡੈਂਟ ਡਾਇਰੈਕਸ਼ਨ ਸੀ ਅਤੇ ਅਸੀਂ ਉਹ ਗਾਣਾ ਗੋਆ ਵਿੱਚ ਜਾ ਕੇ ਸ਼ੂਟ ਕੀਤਾ ਅਤੇ ਜਦੋਂ ਗਾਣਾ ਬਣ ਗਿਆ ਅਤੇ ਅਸੀਂ ਉਹਦਾ ਗਾਣੇ ਦਾ ਰਿਜ਼ਲਟ ਦੇਖਿਆ ਅਤੇ ਉਹ ਕਾਫੀ ਅੱਛਾ ਬਣਿਆ ਵੀਡੀਓ ਅਤੇ ਫਿਰ ਜਦੋਂ ਮਾਰਕੀਟ 'ਚ ਆਇਆ ਤਾਂ ਲੋਕਾਂ ਨੇ ਉਹਨੂੰ ਕਾਫੀ ਪਸੰਦ ਕੀਤਾ ਅਤੇ ਫਿਰ ਮੈਨੂੰ ਉਹ ਵੀਡੀਓ ਕਰਨ ਤੋਂ ਬਾਅਦ ਮੈਨੂੰ ਕਾਫੀ ਕੰਮ ਮਿਲਣਾ ਸਟਾਰਟ ਹੋ ਗਿਆ ਅਤੇ ਲੋਕਾਂ ਵਿੱਚ ਮੇਰੀ ਪਹਿਚਾਣ ਬਣਨੀ ਸ਼ੁਰੂ ਹੋ ਗਈ ਦੋਸਤੋ ਇਸ ਤੋਂ ਬਾਅਦ ਮੈਂ ਕਈ ਵੀਡੀਓ ਕੀਤੇ ਜਿਸ ਵਿੱਚ ਸਲੀਮ ਜੀ ਨਿਰਮਲ ਸਿੱਧੂ ਜੀ ਅਤੇ ਮੱਖਣ ਸਾਹਿਬ ਦਾ ਇੱਕ ਹੋਰ ਵੀਡੀਓ ਅਤੇ ਹਰਜੀਤ ਹਰਮਨ ਜੀ ਦਾ ਬੰਡੇ ਹੋ ਪੰਜਾਬ ਇਹਨਾਂ ਵੀਡੀਓ ਕਰਨ ਤੋਂ ਬਾਅਦ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਐਕਸਪੀਰੀਅੰਸ ਹੋਇਆ ਉਹ ਬੰਡੇ ਹੋ ਪੰਜਾਬ ਦੀ ਤਰ੍ਹਾਂ ਜਿਹਨੇ ਕਿ ਮੇਰਾ ਇੱਕ ਅਲੱਗ ਪਹਿਚਾਣ ਬਣਾਇਆ ਉਹ ਗਾਣਾ ਪੰਜਾਬ ਹੀ ਵਿੱਚ ਨਹੀਂ ਇੰਟਰਨੈਸ਼ਨਲ ਮਾਰਕੀਟ ਵਿੱਚ ਵੀ ਉਹਨੇ ਕਾਫੀ ਉਹ ਪਾਪੂਲੈਰਿਟੀ ਹਾਸਲ ਕੀਤੀ ਯੂਕੇ ਕੈਨੇਡਾ ਅਮੈਰੀਕਾ ਇੰਡੀਆ ਵਿੱਚ ਵੀ ਉਹਦਾ ਇੱਕ ਅਲੱਗ ਪਹਿਚਾਣ ਬਣਿਆ ਉਸ ਵੀਡੀਓ ਦਾ ਜਿਸ ਕਰਕੇ ਮੇਰੀ ਇੱਕ ਅਲੱਗ ਪਹਿਚਾਣ ਬਣੀ ਕਿ ਇਸ ਟਾਈਪ ਦਾ ਵੀਡੀਓ ਇੱਕ ਅੱਛਾ ਡਾਇਰੈਕਟਰ ਹੀ ਬਣਾ ਸਕਦਾ ਹੈ ਦੋਸਤੋ ਇੱਕ ਅੱਛਾ ਵੀਡੀਓ ਬਣਾਉਣ ਵਾਸਤੇ ਜਿੰਨਾ ਪਾਰਟ ਡਾਇਰੈਕਟਰ ਦਾ ਹੁੰਦਾ ਉਨਾ ਹੀ ਪਾਰਟ ਇੱਕ ਆਰਟਿਸਟ ਦਾ ਵੀ ਹੁੰਦਾ ਡਾਇਰੈਕਟਰ ਦਾ ਕੰਮ ਵੀਡੀਓ ਕਰਨਾ ਹੈ ਲੇਕਿਨ ਆਰਟਿਸਟ ਦਾ ਕੰਮ ਹੈ ਕਿ ਉਹ ਕੰਮ ਇੱਕ ਸੀਰੀਅਸ ਤਰੀਕੇ ਨਾਲ ਕਰਨਾ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਮਜ਼ਾ ਕੰਮ ਕਰਕੇ ਆਇਆ ਕਿ ਅਸ ਮੱਖਣ ਸਾਹਿਬ ਨਾਲ ਜੋ ਕਿ ਆਪਣੇ ਟਾਈਮ ਦੇ ਬਹੁਤ ਪੰਕਚੁਅਲ ਹੈ ਜੇ ਮੈਂ ਉਹਨਾਂ ਨੂੰ ਕਹਿ ਤਾ ਕਿ ਤੁਸੀਂ ਸੈੱਟ 'ਤੇ 9 ਵਜੇ ਆਉਣਾ ਅਤੇ ਉਹ 9 ਵਜੇ ਹੀ ਪਹੁੰਚਣਗੇ ਨਾ 9 ਵਜੇ ਤੋਂ ਪਹਿਲਾਂ ਨਾ 9 ਵਜੇ ਤੋਂ ਬਾਅਦ ਪਹੁੰਚਣਗੇ ਇਸ ਤਰ੍ਹਾਂ ਜਦ ਆਰਟਿਸਟ ਮਿਲਦਾ ਅਤੇ ਕੰਮ ਕਰਨ ਦਾ ਹੋਰ ਵੀ ਮਜ਼ਾ ਆਉਂਦਾ ਅਤੇ ਡਾਇਰੈਕਟਰ ਨੂੰ ਇੱਕ ਆਰਟਿਸਟ ਕੋਲੋਂ ਕੰਮ ਨਿਕਲਾਉਣਾ ਆਸਾਨ ਹੋ ਜਾਂਦਾ ਦੋਸਤੋ ਇੱਕ ਅੱਛਾ ਵੀਡੀਓ ਬਣਾਉਣ ਲਈ ਸਾਨੂੰ 3 ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਸਾਊਂਡ ਲਿਰਿਕਸ ਅਤੇ ਵੋਇਸ ਅਗਰ ਇਹ 3 ਚੀਜ਼ਾਂ ਸਾਨੂੰ ਇੱਕ ਸੌਂਗ ਵਿੱਚ ਮਿਲ ਜਾਣ ਤਾਂ ਸਾਡਾ ਜਿਹੜਾ ਮੇਕਿੰਗ ਆਸਾਨ ਹੋ ਜਾਂਦਾ ਸਾਨੂੰ ਕੰਮ ਕਰਨਾ ਆਸਾਨ ਹੋ ਜਾਂਦਾ ਅਤੇ ਫਿਰ ਅਸੀਂ ਇੱਕ ਅੱਛਾ ਵੀਡੀਓ ਬਣਾ ਸਕਦੇ ਹਾਂ ਸਾਨੂੰ ਚਾਹੀਦਾ ਕਿ ਜੋ ਅਸੀਂ ਕੰਮ ਕਰਦੇ ਹਾਂ ਜੋ ਉਹਦਾ ਲਿਰਿਕਸ ਹੈ ਸਾਨੂੰ ਲਿਰਿਕਸ ਦੇ ਅੰਦਰ ਘੁਸ ਕੇ ਉਹਦੀ ਜੋ ਡਿਮਾਂਡ ਹੈ ਜੋ ਉਹ ਚਾਹੁੰਦਾ ਹੈ ਅਗਰ ਅਸੀਂ ਉਸ ਦੇ ਉੱਪਰ ਚੱਲਾਂਗੇ ਤਾਂ ਇੱਕ ਅਸੀਂ ਅੱਛਾ ਵੀਡੀਓ ਬਣਾ ਸਕਦੇ ਹਾਂ ਕਈ ਵੀਡੀਓਸ ਇੱਦਾਂ ਹੁੰਦੇ ਆ ਕਿ ਲਿਰਿਕਸ ਕਿਤੇ ਹੋਰ ਜਾ ਰਿਹਾ ਅਤੇ ਉਹਨਾਂ ਦਾ ਜੋ ਪਿਕਚਰਾਈਜੇਸ਼ਨ ਹੈ ਉਹ ਕਿਤੇ ਹੋਰ ਜਾ ਰਿਹਾ ਸਾਨੂੰ ਚਾਹੀਦਾ ਕਿ ਜੋ ਲਿਰਿਕਸ ਹੈ ਉਸੀ ਦਾਇਰੇ ਵਿੱਚ ਅਸੀਂ ਵੀਡੀਓ ਬਣਾਈਏ ਤਾਂ ਉਹ ਚੰਗਾ ਸਾਡੇ ਵਾਸਤੇ
ਆਫਟਰ ਸ਼ੂਟਿੰਗ ਕੁਛ ਇੱਦਾਂ ਦੇ ਜਾਲ ਪਲ ਪਲ ਰਹਿ ਜਾਂਦੇ ਆ ਜਿਹੜਾ ਸਾਨੂੰ ਜਾਜ਼ ਬਣ ਕੇ ਰਹਿੰਦੇ ਆ। ਇੱਦਾਂ ਦਾ ਇੱਕ ਯਾਦਗਾਰ ਪਲ ਸਾਡੇ ਨਾਲ ਉਦੋਂ ਹੋਇਆ ਜਦੋਂ ਅਸੀਂ ਹਰਜੀਤ ਹਰਮਨ ਜੀ ਦਾ ਗਾਣਾ ਵੰਡੇ ਹੋਏ ਪੰਜਾਬ ਕਰ ਰਹੇ ਸੀ। ਉੱਥੇ ਇੱਕ ਫਾਈਟ ਸਿਕਨ ਸੀ ਜਿਹੜਾ ਹਿੰਦੂ ਅਤੇ ਮੁਸਲਮਾਨ ਦੀ ਵਿੱਚ ਸੀ। ਦੋਨੇ ਪਾਸੇ ਲੋਕ ਇੰਨੇ ਗਰਮਾ ਗਰਮੀ ਹੋ ਗਏ ਕਿ ਉਹਨਾਂ ਨੂੰ ਇਹ ਲੱਗਿਆ ਕਿ ਉਹ ਸ਼ਾਇਦ ਉਹ 47 ਵਿੱਚ ਆ ਗਏ। ਅਤੇ ਇੱਕ ਬੰਦੇ ਨੇ ਉਹ ਜੋਸ਼ ਵਿੱਚ ਬੰਦੇ ਦੇ ਸਿਰ 'ਤੇ ਕਿਰਪਾਨ ਮਾਰਤੀ ਅਤੇ ਉਹਦੇ ਕਾਫੀ ਖੂਨ ਪਿਆ ਅਤੇ ਉਹਦੇ 4-5 ਟਾਂਕੇ ਵੀ ਲੱਗੇ ਸਿਰ ਦੇ ਵਿੱਚ। ਅਤੇ ਉਹ ਮੈਨੂੰ ਉਹ ਪਲ ਯਾਦ ਹੈ ਜਿਹੜਾ ਸਾਡੇ ਨਾਲ ਬੀਤਿਆ। ਮੈਂ ਸ਼ੂਟਿੰਗ ਕਰਨ ਤੋਂ ਪਹਿਲਾਂ ਕੁਛ ਗੱਲਾਂ ਦਾ ਖਿਆਲ ਰੱਖਦਾ ਜਿਵੇਂ ਕਿ ਕੋਸਟਿਊਮ, ਆਰਟਿਸਟ ਅਤੇ ਲੋਕੇਸ਼ਨ। ਉਸ ਤੋਂ ਬਾਅਦ ਅਗਰ ਇੱਕ ਡਾਇਰੈਕਟਰ ਇੱਕ ਅੱਛਾ ਆਰਟਿਸਟ ਹੈ ਤਾਂ ਉਹ ਆਰਟਿਸਟ ਕੋਲ ਅੱਛੀ ਤਰ੍ਹਾਂ ਕੰਮ ਲੈ ਸਕਦਾ ਹੈ ਜਿਵੇਂ ਕਿ ਉਸਦੇ ਐਕਸਪ੍ਰੈਸ਼ਨਸ, ਉਹਦੀ ਫੀਲਿੰਗਸ, ਜੋ ਉਹ ਵੀਡੀਓ ਦੀ ਡਿਮਾਂਡ ਹੈ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਉਹ ਦੱਸ ਸਕਦਾ ਜਿਸ ਨਾਲ ਕਿ ਆਰਟਿਸਟ ਨੂੰ ਇੱਕ ਕੰਮ ਕਰਨ 'ਚ ਆਸਾਨੀ ਮਿਲਦੀ ਹੈ। ਮੇਰੇ ਹਿਸਾਬ ਨਾਲ ਜੇ ਅਗਰ ਇੱਕ ਡਾਇਰੈਕਟਰ ਇੱਕ ਅੱਛਾ ਆਰਟਿਸਟ ਹੈ ਤਾਂ ਉਹ ਇੱਕ ਅੱਛਾ ਡਾਇਰੈਕਟਰ ਬਣ ਸਕਦਾ। ਅੱਜ ਦਾ ਜਿਹੜਾ ਦੌਰ ਹੈ ਦੋਸਤੋ ਉਹ ਦੇਖਣ ਦਾ ਦੌਰ ਹੈ। ਮਾਰਕੀਟ 'ਚ ਅਗਰ ਅੱਛਾ ਵੀਡੀਓ ਆਉਂਦਾ ਤਾਂ ਵੀਡੀਓ ਦੇ ਨਾਲ ਆਡੀਓ ਜਲਦੀ ਵਿਕ ਜਾਂਦੀ ਹੈ। ਬਾਕੀ ਵੀਡੀਓ ਦਾ ਵੀ ਉਨਾ ਹੀ ਪਾਰਟ ਹੈ ਜਿੰਨਾ ਆਡੀਓ ਦਾ ਪਾਰਟ ਹੈ। ਮੈਨੂੰ ਜ਼ਿਆਦਾ ਬੀਟ ਸੌਂਗ ਕਰਨਾ ਪਸੰਦ ਹੈ। ਮੈਂ ਬੀਟ ਸੌਂਗ 'ਤੇ ਜ਼ਿਆਦਾ ਬੈਟਰ ਕੰਮ ਕਰ ਸਕਦਾ ਲੇਕਿਨ ਜਿਹੜੇ ਮੈਨੂੰ ਕੰਮ ਮਿਲੇ ਜ਼ਿਆਦਾ ਸੈਡ ਸੌਂਗ 'ਤੇ ਮਿਲੇ ਹੈ। ਲੇਕਿਨ ਮੈਂ ਫਿਊਚਰ ਵਿੱਚ ਚਾਹਾਂਗਾ ਕਿ ਮੈਂ ਅੱਛੇ ਬੀਟ ਸੌਂਗ ਕਰਾਂ। ਮੇਰੇ ਆਉਣ ਵਾਲੇ ਵੀਡੀਓ ਪਾਵਾਂ ਕੈਨੇਡੀਅਨ ਅਤੇ ਸੁਖਦੇਵ ਚਾਲ ਜੀ ਦਾ, ਇਹ ਦੋਨੋਂ ਵੀਡੀਓ ਮੇਰੇ ਜਲਦੀ ਮਾਰਕੀਟ 'ਚ ਆਉਣ ਵਾਲੇ ਹੈ। ਇਹਨਾਂ ਵੀਡੀਓ ਵਿੱਚ ਮੈਂ ਦੋਨਾਂ 'ਚ ਕਾਫੀ ਹਟ ਕੇ ਕੰਮ ਕੀਤਾ ਹੈ। ਮੈਨੂੰ ਇਹਨਾਂ 'ਤੇ ਪੂਰਾ ਹੋਪ ਹੈ ਕਿ ਇਹ ਗਾਣਾ ਮਾਰਕੀਟ 'ਚ ਲੋਕ ਪਸੰਦ ਕਰਨਗੇ। ਮੈਨੂੰ ਦੂਸਰੇ ਡਾਇਰੈਕਟਰਸ ਦਾ ਵੀ ਕੰਮ ਬਹੁਤ ਅੱਛਾ ਲੱਗਦਾ ਹੈ ਜਿਵੇਂ ਕਿ ਰਾਮ ਗੋਪਾਲ ਵਰਮਾ ਜੀ, ਸੁਮਿਤ ਦੱਤ ਜੀ। ਮੈਂ ਇਹਨਾਂ ਦੋਨਾਂ ਸੀਨੀਅਰਸ ਕੋਲ ਕੁਛ ਨਾ ਕੁਛ ਸਿੱਖਦਾ ਰਹਿੰਦਾ। ਮੈਂ ਫਿਊਚਰ ਵਿੱਚ ਚਾਹੁੰਦਾ ਕਿ ਜਿੱਦਾਂ ਦੀਆਂ ਫਿਲਮਾਂ ਰਾਮੂ ਜੀ ਬਣਾਉਂਦੇ ਆ ਮੈਂ ਉਸ ਟਾਈਪ ਦੀਆਂ ਫਿਲਮਾਂ ਬਣਾਵਾਂ। ਫਿਊਚਰ ਪਲਾਨ ਵਿੱਚ ਮੇਰਾ ਹਿੰਦੀ ਮੂਵੀ ਬਣਾਉਣ ਦਾ ਪਲਾਨ ਹੈ, ਮੁੰਬਈ ਡਰੀਮ। ਇਸ ਫਿਲਮ ਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ। ਮੇ ਬੀ ਕਿ ਨੈਕਸਟ ਈਅਰ ਤੱਕ ਇਹ ਫਿਲਮ ਮਾਰਕੀਟ 'ਚ ਲਾਂਚ ਹੋ ਜਾਏਗੀ। ਬਾਕੀ ਇਸ ਫਿਲਮ ਦੇ ਬਾਰੇ ਮੈਂ ਜ਼ਿਆਦਾ ਡਿਸਕਲੋਜ਼ ਨਹੀਂ ਕਰਾਂਗਾ। ਮੇਰਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਨਸ਼ਿਆਂ ਤੋਂ ਬਚਣ। ਅਗਰ ਉਹ ਨਸ਼ੇ ਕਰਦੇ ਆ ਉਹਨਾਂ ਦਾ ਫਿਊਚਰ ਅਤੇ ਉਹਨਾਂ ਦੇ ਦੇਸ਼ ਦਾ ਫਿਊਚਰ ਖਤਰੇ ਵਿੱਚ ਹੈ। ਮੇਰਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੇ ਸੱਭਿਆਚਾਰ ਨੂੰ ਪਹਿਚਾਣਨ। ਦੋਸਤੋ ਗੱਲਾਂ ਦਾ ਸਿਲਸਿਲਾ ਤਾਂ ਇੱਦਾਂ ਜਾਰੀ ਰਹੇਗਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਹੁਣ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਦੋਸਤੋ।